जिस धन को चार कुंट उठता है सो धन हर सेवा दे पावे। जिस धन को देखो धन हो रहा है, ये संसारी धन की गल आ गई, पहला दुए धन की गल आई सी, चार कुंट उठता है। हां चार कुंटा नु बजता है, कितने का भी जमण जाए, संत चारे पासे भजे फिरते ने। ए ताने जलील करते बड़े बड़े, धन का ही रौला पैंदा, जो जायदाद इल्जाम लाउंदा चाहे झूठा चाहे सच्चा लाउंदा, गल तो धन की ही है। जेड़ा बंदा इल्जाम लाउंदे ने चाहे झूठे ने चाहे सच्चे ने, पर धन आ किवें बढ़िया थोड़े को, धन की गल चल किवें पई। बिलकुल झूठा तो कुछ हुंदा नहीं, खैर कोई सच कोई झूठ हो सकता, बिल्कुल झूठ नहीं चलता है, कुछ सच थोड़ा बहुत जरूर हो सकता है। जे धन को चार कुंट उठ सो धन हर सेवा दे पावे, वो तो हर सेवा दे विच ही पै जाना, वो आपे मिलना वो तो जे हर सेवा है। पर एक की करते थे असल से जोगी नु भी कही हुई गल, एक तो है विष्णु, जे तो विष्णु भगतान यह गल कही, विष्णु भगतान गल कही, इस तरीक जेडे राज प्रबंध आले ने उन्होंने गल कही है, फिर तो यह है तबो राज, राजों रखने तबो राज है ना। जे तप करदा कादे वास्ते, वो ध्रुव नाल भी यही जोड़ी हुई है ना, भी राज मिल गया राज ले लिया दा, यही जोड़ी हुई है गल। जे तू राज चाहुंदा है, राज खातर तप करते रहे ने ये लोग, इधर दी पदवी लैनी है तप करता है, उहदा तप अंक करिए, वो जेड़े पिछे चलदी है कहानियां उहना ते अटैक कीते होए ने। चार कुंटा दे विच फिरदा है जिहड़ी संसारी धन वास्ते जे तप करता फिरदा है, बड़ा काबल होने वास्ते जे सो धन हर सेवा ते पावे, वो नाम धन हर सेवा तो पा लेंगे तू। नाम जिस धन को चार कुंट उठता है सो धन हर सेवा ते पावे, चार कुंटा दे विच जेड़े धन वास्ते तू फिरदा है ਭਜਿਆ ਚੇਤਾ ਫਿਰਦਾ ਨਾ, ਚੇਤਾ ਫਿਰਦਾ ਗਿਆਨ ਵਾਸਤੇ, ਪ੍ਰਭ ਗਿਆਨੀ ਕੋ ਖੋਜੇ ਮਹੇਸ਼ਰ, ਜੰਗਲਾਂ ਚ ਫਿਰਦਾ ਬਈ ਮੈਨੂੰ ਨਾ ਮਿਲੇ ਕਿਤੇ, ਉਹ ਤਾਂ ਹਰ ਸੇਵਾ ਕਰ ਲੈ ਤੈਨੂੰ ਘਰੇ ਮਿਲਜੂ, ਬਾਹਰ ਜਾਣ ਦੀ ਲੋੜ ਨੀ। ਜੇ ਇਹਦੇ ਖਾਤਰ ਫਿਰਦਾ ਜਿਸਾ ਨਾ, ਕਿਹੜੇ ਖਾਤਰ ਫਿਰਦਾ ਨਹੀਂ ਪਤਾ ਹੈਗਾ, ਤੂੰ ਕਿਹੜੇ ਖਾਤਰ ਫਿਰਦਾ ਇਹ ਨੀ ਪਤਾ ਹੈ, ਦੋਹਾਂ ਚੋਂ ਕਿਹੜੇ ਵਾਸਤੇ ਫਿਰਦਾ, ਜਿਹੜਾ ਭੱਜਿਆ ਫਿਰਦਾ ਉਹਦੇ ਛੱਡਤੀ ਨਾ ਗੱਲ, ਇਸ ਕਰਕੇ ਦੋਹੇ ਧਨਾਂ ਦੀ ਗੱਲ ਕਰਾਂਗੇ ਹੁਣ। ਹਾਂ ਜੇ ਤੂੰ ਨਿਰਾਕਾਰੀ, ਜੇ ਤੂੰ ਨਾਮ ਵਾਸਤੇ ਵੀ ਫਿਰਦਾ ਤਾਂ ਵੀ ਹਰ ਸੇਵਾ ਤੋਂ ਮਿਲੂ, ਜੇ ਤੂੰ ਦੂਏ ਧਨ ਤੋਂ ਮਿਲਦਾ ਤਾਂ ਵੀ ਹਰ ਸੇਵਾ ਕਰੀ ਜਾਓ, ਜਿਹੜਾ ਮਿਲਣਾ ਉਹਦਾ ਆਪੇ ਮਿਲ ਜਾਣਾ, ਉਹਦਾ ਹੁਕਮ ਨਾਲ ਮਿਲੇ ਜਾਣਾ, ਫਿਰ ਤੈਨੂੰ ਭੱਜਣ ਦੀ ਲੋੜ ਨੀ, ਤੈਨੂੰ ਸਮਝ ਆਜੂ ਵੀ ਜੋ ਹੁਕਮ ਨਾਲ ਮਿਲਣਾ ਉਹ ਮਿਲਣਾ ਹੀ ਆ, ਫਿਰ ਟਿਕ ਕੇ ਬਹਿ ਜਾਏਗਾ। ਇਹ ਐ ਗੱਲ ਹੈ, ਫਿਰ ਤੈਨੂੰ ਭੱਜਣ ਦੀ ਲੋੜ ਨੀ, ਫਿਰ ਤੈਨੂੰ ਊ ਤਸੱਲੀ ਹੋਜੂ ਵੀ ਜਿਹੜਾ ਮੇਰਾ ਕਰਮ ਹੈ ਉਹ ਕਿਤੇ ਨੀ ਜਾਂਦਾ, ਮੇਰਾ ਜਿਹੜਾ ਮੁਕੱਦਰ ਹੈ ਉਹ ਨੀ ਕਿਤੇ ਜਾਂਦਾ, ਤੂੰ ਚੁੱਪ ਕਰਕੇ ਆਰਾਮ ਨਾਲ ਥਿਰ ਹੋ ਕੇ ਬਹਿ ਜਾਏਗਾ। ਉਹ ਤਾਂ ਹਾਂ ਚਾਰ ਕੁੰਟ ਭੱਜਣ ਦੀ ਲੋੜ। ਹਾਂਜੀ ਜਿਸ ਸੁੱਖ ਕੋ ਨਿਤ ਬਾਛੇ ਮੀਤ ਸੋ ਸੁੱਖ ਸਾਧੂ ਸੰਗ ਪ੍ਰੀਤ, ਜਿਸ ਸੁੱਖ ਕੋ ਜਿਹੜੇ ਦੇਖੋ ਨਾ ਨਿਤ ਬਾਛੇ ਮੀਤ ਇੱਛਾ ਰੱਖਦਾ, ਬਾਛੇ ਇੱਛਾ ਰੱਖਦਾ ਜਿਹੜੇ ਸੁੱਖ ਦੀ, ਧਨ ਵਾਸਤੇ ਸੁੱਖ ਹੈ ਨਾ, ਜੇ ਤਾਂ ਧਨ ਸੰਸਾਰੀ ਵਾਸਤੇ ਸੰਸਾਰੀ ਚੋਂ ਸੁੱਖ ਭਾਲਦਾ, ਠੀਕ ਹੈ ਤਾਂ ਵੀ ਹੁਣ ਦੋਵੇਂ ਧਨ ਚੱਲਣਗੇ, ਜੇ ਦੂਏ ਧਨ ਤੋਂ ਨਿਰਾਕਾਰੀ ਤੋਂ ਭਾਲਦਾ ਨਾਮ ਤੋਂ ਸੁੱਖ ਭਾਲਦਾ, ਤੂੰ ਸਾਧੂ ਸੰਗ ਪ੍ਰੀਤ ਕਰ ਲੈ ਦੋਹੇ ਪ੍ਰਕਾਰ ਦਾ ਸੁੱਖ ਹੋਜੂਗਾ। ਜੇ ਸਾਧੂ ਸੰਗ ਪ੍ਰੀਤ ਹੈ ਤਾਂ ਤੇਰਾ ਜਿਹੜਾ ਸੰਸਾਰੀ ਧਨ ਉਹ ਵੀ ਸੁਖਦਾਇਕ ਰਹੂਗਾ, ਫਿਰ ਤੈਨੂੰ ਦੁੱਖ ਨਹੀਂ ਦਿੰਦਾ,
ਫਿਰ ਉਹ ਸੰਸਾਰੀ ਧਨ ਤੇਰਾ ਚਿੰਤਾ ਦਾ ਕਾਰਨ ਨਹੀਂ ਬਣਦਾ। ਅਸਲ ਚ ਸੰਸਾਰੀ ਧਨ ਚਿੰਤਾ ਦਾ ਕਾਰਨ ਬਣ ਜਾਂਦਾ। ਸੰਸਾਰੀ ਧਨ ਚਿੰਤਾ ਦਾ ਕਾਰਨ ਨਾ ਬਣੇ ਉਹ ਗੱਲ ਦਾ ਹੀ ਇਲਾਜ ਹੈ, ਹੋਰ ਕੁਛ ਨਹੀਂ। ਇਸ ਪਦੇ ਦੇ ਵਿੱਚ ਸੰਸਾਰੀ ਧਨ ਜਿਹੜਾ ਤੁਹਾਨੂੰ ਡਿਸਟਰਬ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ, ਇਹ ਤੋਂ ਕਿਵੇਂ ਬਚਿਆ ਜਾਣਾ? ਬਹੁਤ ਹੁੰਦੇ ਹੋਏ ਵੀ ਚਿੰਤਾ ਨਾ ਹੋਵੇ, ਇਹ ਤੋਂ ਕਿਵੇਂ ਬਚਿਆ ਜਾਣਾ? ਇਹ ਪਤਾ ਸਹੀ ਐਂਗਲ ਤੋਂ ਲੈਣਾ। ਸਾਧੂ ਸੰਗ ਪ੍ਰੀਤ ਐਸੇ ਐਂਗਲ ਤੇ ਲੈਣਾ, ਦੂਏ ਐਂਗਲ ਤੋਂ ਨਹੀਂ ਲੈਣਾ। ਜੇ ਨਾਲ ਦੂਆ ਧਨ ਵੀ ਹੈ, ਉਹ ਕਿਵੇਂ ਬਚ ਜਾਣਗੇ ਦੂਏ ਚਿੰਤਾ ਤੋਂ? ਸਾਧੂ ਸੰਗ ਪ੍ਰੀਤ ਸੁਖ ਉਹੀ ਮਿਲੂ ਤੈਨੂੰ, ਧਨ ਦੂਆ ਜਿੰਨਾ ਮਰਜ਼ੀ ਹੋਵੇ, ਚਾਹੇ ਹੋਵੇ ਚਾਹੇ ਨਾ ਹੋਵੇ। ਇੱਕ ਤਾਂ ਉੱਠ ਕੇ ਭੱਜਣ ਨੱਠ ਭੱਜ ਨੱਠ ਖਤਮ ਹੋ ਗਈ, ਉਹ ਚਿੰਤਾ ਖਤਮ ਹੋ ਗਈ। ਜੇ ਥੋੜੀ ਹੈ ਪ੍ਰਮੰਤਾ ਜਿਹੜਾ ਫਿਰਦਾ ਹੈ, ਪ੍ਰਮੰਤਾ ਤਾਂ ਥੋੜੇ ਵਾਲਾ ਫਿਰਦਾ ਨਾ, ਥੋੜੇ ਵਾਲਾ ਪ੍ਰਮੰਤਾ ਤੋਂ ਹਟ ਜਾਊਗਾ, ਬਹੁਤੀ ਵਾਲਾ ਦੀ ਚਿੰਤਾ। ਬਸ ਆਹ ਗੱਲ, ਇਸ ਗੱਲ ਦਾ ਇਲਾਜ ਹੈ। ਦੋਹਾਂ ਅਵਸਥਾ ਚ ਜਿਹੜਾ ਮੁਕਤਾ ਸੋਈ ਸਹਿਲਾ, ਇਹ ਗੱਲ ਦਾ ਇਲਾਜ ਹੈ ਸਿਰਫ ਇਸ ਪਦੇ ਚ। ਕਿਤੇ ਸਟੀਕ ਇਸ ਪਦੇ ਉਹ ਗੱਲ ਦਾ ਜਿਹੜਾ ਨਾ, ਉਹ ਜਿਹੜੀ ਗੱਲ ਖੜੀ ਕੀਤੀ ਹੈ ਜਿਸ ਕਰ ਬਹੁਤ, ਕਿਤੇ ਵੀ ਉੱਥੇ ਇਲਾਜ ਨਹੀਂ ਹੋ ਰਿਹਾ, ਇੱਥੇ ਇਲਾਜ ਹੈ ਸਿੱਧਾ। ਇਸੇ ਪੁਆਇੰਟ ਤੇ ਖੜੀ ਹੈ ਗੱਲ, ਪਰ ਇੱਥੇ ਹੀ ਰੱਖਣਾ ਹੈ ਸੂਈ ਇਹਦੇ ਤੇ, ਇਸ ਚੀਜ਼ ਦਾ ਇਲਾਜ ਹੈ। ਹਾਂਜੀ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਾਨੇ। ਭਲੀ ਕਰਨੀ ਕਰਦਾ ਤੂੰ ਸੋਭਾ ਵਾਸਤੇ, ਉਹ ਲੋੜ ਨਹੀਂ ਕਰਦੀ ਸੋਭਾ ਵਾਸਤੇ ਭਲੀ ਕਰਨੀ। ਲੰਗਰ ਲਾਉਣਾ ਜਿਹੜੀ ਉਹ ਕਰਦਾ, ਕਾਰ ਸੇਵਾ ਕਰਦਾ, ਇਹ ਉਹ ਕਰਦਾ ਜੋ ਦਿਖਾ, ਜੋ ਧਰਮ ਦੇ ਕਰਮ ਕਰਦਾ, ਕਰਮ ਧਰਮ ਪਾਖੰਡ, ਜੋ ਕਰਮ ਧਰਮ ਪਾਖੰਡ ਕਰਦਾ ਸੋਭਾ ਵਾਸਤੇ, ਉਹੀ ਭਲੀ ਕਰਨੀ ਆ। ਲੋਕ ਤਾਂ ਭਲਾ ਹੀ ਕਹਿੰਦੇ ਨੇ ਨਾ, ਭਲੀ ਕਰਨੀ ਭਲਾ ਮੰਨ ਕੇ ਕਹਿੰਦੇ, ਬੁਰਾ ਨਹੀਂ ਕੋਈ ਕਹਿੰਦਾ ਕਰਦਾ, ਪਰ ਉਹਦੇ ਨਾਲ ਤੇਰਾ ਨੁਕਸਾਨ ਕੀ ਹੋਊਗਾ? ਹੰਕਾਰ ਹੋਜੂਗਾ, ਰਿਐਕਸ਼ਨ ਹੋਜੂਗਾ ਉਹਦਾ ਤੈਨੂੰ, ਜੇ ਐਂ ਨਾ ਕੀਤੀ ਤਾਂ ਰਿਐਕਸ਼ਨ ਹੋਜੂਗਾ, ਜੇ ਐਂ ਕਰ ਲੈਂਗਾ ਰਿਐਕਸ਼ਨ ਤੋਂ ਬਚਿਆ। ਜੇ ਸੋਭਾ ਕੋ ਕਰੇ ਭਲੀ ਕਰਨੀ, ਸੋਭਾ ਭਜ ਹਰ ਕੀ ਸਰਨੇ। ਸੋਭਾ ਤਾਂ ਕਰੀ ਜਾ ਚਾਹੇ, ਭਲੀ ਕਰਨੀ ਤਾਂ ਕਰੀ ਜਾ ਚਾਹੇ, ਪਰ ਸੋਭਾ ਉਹ ਹਰ ਕੀ ਚੜਨੀ ਦੇ ਹੋਊ। ਕਿਉਂਕਿ ਸੰਸਾਰ ਚ ਜੇ ਸੋਭਾ ਹੋਊ ਉਹ ਝੂਠੀ ਹੈ, ਦਰਗਾਹ ਚ ਸੋਭਾ ਔਰ ਸੰਸਾਰ ਸੋਭਾ ਦੋਏ ਜਗ੍ਹਾ ਸੋਭਾ ਐ ਹੋਊ। ਇੱਕ ਹੁੰਦੀ ਹੈ ਸੰਸਾਰ ਦੇ ਵਿੱਚ ਸੋਭਾ, ਇੱਕ ਹੁੰਦੀ ਹੈ ਨਿਰੰਕਾਰ ਦੇ ਵਿੱਚ ਸੋਭਾ, ਉਹ ਘਰ ਦੇ ਵਿੱਚ। ਹੁਣ ਇਹ ਗੱਲ ਦੀ ਇੱਕ ਵਿਆਖਿਆ ਦਸਮ ਪਾਤਸ਼ਾਹ ਨੇ ਕੀਤੀ ਹੋਈ ਹੈ ਇੱਕ ਜਗ੍ਹਾ, ਹੋਰ ਕਿਤੇ ਨਹੀਂ ਆਉਣੀ ਗੁਰੂ ਗ੍ਰੰਥ ਸਾਹਿਬ ਚ ਮੇਰੇ ਹਿਸਾਬ ਨਾਲ, ਹੋਰ ਕਿਤੇ ਨਹੀਂ ਹੈ ਜਿੱਥੇ ਤੱਕ ਆਪਾਂ ਨੇ ਵਿਚਾਰਿਆ। ਉਹ ਤਾਂ ਕੀਤੀ ਹੈ ਜਦ ਖਾਲਸੇ ਨੂੰ ਗਿਆ ਨਾ, ਤਿੰਨ ਸਵਈਏ ਨੇ ਜਿਹੜੇ ਉਹਦੇ ਵਿੱਚ, ਜਦ ਉਹ ਕਹਿੰਦੇ ਨੇ ਦਾਨ ਦਿਓ ਇਨਹੀ ਕੋ ਭਲੋ, ਸਮਝਿਆ ਨੀ, ਸੇਵ ਕਰੀ ਇਨ ਹੀ ਕੀ ਭਾਵਤ ਔਰ ਕੀ ਸੇਵ ਸੁਹਾਤਨ ਜੀ ਕੋ। ਖਾਲਸੇ ਨੂੰ ਸੰਬੋਧਨ ਕਰਕੇ ਕਹਿੰਦੇ ਵੀ ਮੇਰੇ ਪੰਡਿਤ ਨੂੰ ਨਹੀਂ ਨਾ ਦਿੱਤਾ ਗਿਆ ਉਦੋਂ ਦੱਛਣਾ, ਪਹਿਲਾਂ ਪੰਡਿਤ ਨਾਰਾਜ਼ ਹੋ ਗਿਆ ਉਦੋਂ, ਫਿਰ ਕਹਿੰਦੇ ਨੇ ਵੀ ਜਿਹੜਾ ਮੇਰਾ ਮਨ ਹੈ ਉਹਦੇ ਚ ਇਹ ਹੈ ਵੀ ਜਿਹੜਾ ਖਾਲਸਾ ਹੈ ਇਹ ਬਾਹਮਣ ਵਾਲਾ ਕੰਮ ਪੰਡਿਤਾਂ ਵਾਲਾ ਇਹ ਕਰਦਾ, ਲੜਦਾ ਵੀ ਹੈ ਦੋਵੇਂ ਕੰਮ ਕਰਦਾ, ਤੁਸੀਂ ਆਪਣਾ ਕੰਮ ਛੱਡ ਗਏ ਤੇ ਛਤਰੀਆਂ ਵਾਲਾ ਕੰਮ ਵੀ ਇਹ ਕਰਦਾ, ਪੰਡਤਾਂ ਵਾਲਾ ਵੀ ਕਰਦਾ, ਦੋ ਡਿਊਟੀਆਂ ਕਰਦਾ। ਹੁਣ ਇਸ ਕਰਕੇ ਇਹਨਾਂ ਦੀ ਸੇਵਾ ਕਰਨੀ ਮੈਨੂੰ ਚੰਗੀ ਲੱਗਦੀ ਹੈ, ਮੈਂ ਇਹਨਾਂ ਦੀ ਉਹ ਸੇਵਾ ਪਹਿਲਾਂ ਕੀਤੀ, ਹਾਲਾਂਕਿ ਉਹਦੇ ਵਿੱਚ ਮੁਸਲਮਾਨ ਵੀ ਨੇ, ਬੁੱਧੂ ਸ਼ਾਹ ਦੇ ਬੰਦੇ ਵੀ ਨੇ, ਬੁੱਧੂ ਸ਼ਾਹ ਦੇ ਬੰਦੇ ਵੀ ਨੇ ਜਿਹਨਾਂ ਨੂੰ ਸਰੋਪੇ ਦਿੱਤੇ ਨੇ ਉਦੋਂ, ਜੋ ਲੜੇ ਨਹੀਂ ਕਿਤੇ ਜਾ ਕੇ, ਉਹ ਵੀ ਵਿੱਚੇ ਨੇ, ਸਮਝਿਆ ਨੀ। ਕਹਿੰਦੇ ਸੇਵ ਕਰੀ ਇਹ ਨਹੀਂ ਕੀ ਭਾਵਤ ਔਰ ਕੀ ਸੇਵ ਸੁਹਾਤਨ ਜੀ ਕੋ, ਹੋਰ ਕਿਸੇ ਦੀ ਸੇਵਾ ਕਰਨੀ ਮੇਰੇ ਜੀ ਅੰਦਰ ਅੰਦਰੋਂ ਅੰਤਰਾਤਮਾ ਨੂੰ ਚੰਗੀ ਨਹੀਂ ਲੱਗਦੀ। ਦਾਨ ਦਿਓ ਇਹ ਨਹੀਂ ਕੋ ਭਲੋ ਔਰ ਆਣ ਕੋ ਦਾਨ ਨਾਲ ਲਾਗਤ ਨਹੀਂ ਕੋ,
ਹੋਰ ਨੂੰ ਮੈਂ ਦਾਨ ਦਵਾਂ ਮੈਨੂੰ ਸੋਹਣਾ ਨਹੀਂ ਲੱਗਦਾ, ਮੈਨੂੰ ਚੰਗਾ ਨਹੀਂ ਲੱਗਦਾ, ਇਹਨਾਂ ਨੂੰ ਦਾਨ ਦਿੱਤਾ ਹੀ ਭਲਾ। ਆਗੇ ਭਲਾ ਇਨ ਹੀ ਕੋ ਦਿਓ, ਦੇਖੋ ਆਹ ਲੱਭਦਾ ਆ ਹੈ ਅਸਲ ਚ, ਆ ਇੱਥੇ ਆਈ ਇਸ ਕੀ ਗੱਲ। ਆਗੇ ਫਲਾ ਜੇ ਅੱਗੇ ਦੀ ਫਲ ਲੈਣਾ ਨਾ ਤੁਸੀਂ ਦਰਗਾਹ ਦਾ, ਇਹ ਨਹੀਂ ਕੋ ਦਿਓ ਜੱਗ ਮੈਂ ਜਸ ਔਰਤ ਗਿਓ ਸਭ ਫੀਕੋ, ਬਸ ਆਹ ਗੱਲ। ਜੱਗ ਦਾ ਜਸ ਜ਼ਰੂਰ ਹੋਊ, ਉਹ ਜਸ ਫਿੱਕਾ ਹੈ। ਅਰਜੀਤ ਸਿੰਘ ਨੇ ਸੋਨਾ ਲਵਾ ਤਾ, ਜਸ ਫਿੱਕਾ ਹੋ ਗਿਆ, ਜੀ ਨੁਕਸਾਨ ਹੋਇਆ ਉਹਦਾ, ਫਾਇਦਾ ਨਹੀਂ ਹੋਇਆ। ਉਦੋਂ ਬੱਲੇ ਬੱਲੇ ਸੀ, ਹੁਣ ਵੀ ਲੋਕ ਬੇਵਕੂ ਬੱਲੇ ਬੱਲੇ ਕਰਦੇ ਨੇ। ਉਹ ਸੋਨੇ ਨੇ ਧਿਆਨ ਨਾਮ ਤੋਂ ਹਟਾ ਦਿੱਤਾ ਲੋਕਾਂ ਦਾ। ਉਹ ਜਿਹੜਾ ਸੋਨਾ ਲਵਾਇਆ ਨਾ, ਉਹਨੇ ਨਾਮ ਤੋਂ ਧਿਆਨ ਹਟਾ ਦਿੱਤਾ ਲੋਕਾਂ ਦਾ, ਧਿਆਨ ਹੈ ਮਾਇਆਧਾਰੀ ਬਣਾ ਦਿੱਤਾ। ਸੋਨਾ ਦੇਖਦੇ ਨੇ ਲੋਕ, ਸੁਣਦੇ ਹੀ ਨਹੀਂ ਕਥਾ ਕੀ ਹੋ ਰਹੀ ਜਾਂ ਕੀਰਤਨ ਕੀ ਹੋ ਰਿਹਾ ਜਾਣ ਵਾਲੇ। ਅੱਖਾਂ ਕੰਮ ਕਰਦੀਆਂ ਨੇ, ਕੰਨ ਬੰਦ ਹੋ ਜਾਂਦੇ ਨੇ ਸਾਰਿਆਂ ਦੇ। ਜਿਹੜੇ ਆਦਮੀ ਜਾ ਕੇ ਦਰਬਾਰ ਸਾਹਿਬ ਪੜ੍ਹਦੇ ਨੇ, ਅੰਮ੍ਰਿਤਸਰ ਜਾਂਦੇ ਨੇ, ਉਹਨਾਂ ਦੇ ਕੰਨ ਨਹੀਂ ਕੰਮ ਕਰਦੇ, ਅੱਖਾਂ ਹੀ ਕੰਮ ਕਰਦੀਆਂ ਨੇ। ਘੰਟਾ ਦੋ ਘੰਟੇ ਰਹਿੰਦੇ ਨੇ, ਉਹਨਾਂ ਦੇ ਅੱਖਾਂ ਤੋਂ ਸਿਵਾ ਕੰਨ ਕੰਮੇ ਹੀ ਨਹੀਂ ਕਰਦੇ। ਜਦ ਕਿ ਕੰਨਾਂ 'ਚ ਕੋਈ ਸੁਣ ਗਏ ਤੇ ਅੱਖਾਂ 'ਤੇ ਕੀ ਲੈਣਾ ਸੀ ਤੁਸੀਂ? ਬਸ ਉਹ ਜਿਹੜੀ ਸਰਵਣ 'ਤੇ ਸਰਵਣ ਸ਼ਕਤੀ ਉਹ ਬੰਦ ਕਰਤੀ, ਸੁਣ ਸ਼ਕਤੀ ਵੀ ਬੰਦ ਕਰਤੀ, ਜੇ ਤਾਂ ਕੁਛ ਲਾਭ ਹੋਣਾ ਸੀ ਆ ਉਹਨਾਂ ਨੁਕਸਾਨ ਕੀਤਾ। ਉਦੋਂ ਬੱਲੇ ਬੱਲੇ ਸੀ, ਇਸ ਕਰਕੇ ਦਰਗਾਹ ਦੇ ਵਿੱਚ ਉਹਦਾ ਨੁਕਸਾਨ ਹੋਇਆ। ਦਰਗਾਹ 'ਚ ਨੁਕਸਾਨ ਹੋਇਆ, ਰਿਜ਼ਲਟ ਵੀ ਰਣਜੀਤ ਸਿੰਘ ਦੇ ਆ ਗਿਆ। ਜਦੇ ਸਜ਼ਾ ਵੀ ਮਿਲ ਗਈ ਛੇਤੀ, ਉਹ ਕੋਈ ਨਹੀਂ ਹੈ ਪਿੱਛੇ ਰਿਹਾ, ਬਹੁਤ ਛੇਤੀ ਸਮਾਪਤ ਹੋ ਗਿਆ ਸਭ ਕੁਛ ਪਿੱਛੇ। ਜੱਗ ਮੈਂ ਜਸ ਔਰ ਦਿਓ ਸਭ, ਜੱਗ ਦਾ ਜਸ ਫਿੱਕਾ ਜਸ ਹੁੰਦਾ, ਇਹ ਸਾਰਾ ਜਸ ਜੱਗ ਦਾ ਹੀ ਹੈ ਇਹਨਾਂ ਦਾ, ਸੰਸਾਰ ਦਾ। ਦਰਗਾਹ ਦਾ ਜਸ ਬਿਲਕੁਲ ਵੀ ਨਹੀਂ ਹੈ, ਜੇ ਆ ਨਹੀਂ ਸਾਧੂ ਸੰਗ ਪ੍ਰੀਤ ਹੈ ਨਹੀਂ। ਸੋ ਸੁਖ ਸਾਧੂ ਜਿਸ ਸੋਭਾ ਕੋ ਕਰੇ ਭਲੀ ਕਰਨੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਹਰ ਕੀ ਸਰਣ ਤਾਂ ਉਹਨੇ ਲਈ ਉਹਦੀ, ਹਰ ਕੀ ਸਰਣੀ ਲਈ ਰਣਜੀਤ ਸਿੰਘ ਨੇ, ਮਾਇਆ ਦੀ ਸਰਣ ਲੈ ਲਈ ਅੰਗਰੇਜ਼ਾਂ ਦੀ, ਨਾਲ ਸੁਲਾਹ ਕਰ ਲਈ ਇਹਦੀ, ਕੱਪਰੋ ਗੁਰਮਤ ਛੱਡ ਦਿੱਤੀ ਮਾਇਆ ਵਾਸਤੇ, ਸੱਚ ਛੱਡ ਦਿੱਤਾ ਝੂਠ ਵਾਸਤੇ, ਕੰਪਰੋਮਾਈਜ਼ ਕਰ ਲਿਆ, ਮੀਣੇ ਮਾਣੇ ਸਭ ਇਕੱਠੇ ਕਰ ਲਏ। ਜਿਹੜਾ ਹੁਕਮ ਸੀ ਦਸਮ ਪਾਤਸ਼ਾਹ ਦਾ, ਮੀਣਿਆਂ ਨਾਲ ਮੇਲ ਨਹੀਂ ਕਰਨਾ, ਸਾਰੇ ਹੀ ਸਿੱਖ ਬਣਾ ਕੇ, ਆਪ ਵੀ ਮੀਣਾ ਹੀ ਸੀ, ਆਪ ਕਿਹੜਾ ਠੀਕ ਸੀ। ਖਾਲਸਾ ਅੱਡ ਕੱਢ ਦਿੱਤਾ ਮੀਣੇ ਪ੍ਰਧਾਨ ਬਣਾ ਤੇ, ਉਦੋਂ ਦੇ ਮੀਣਿਆਂ ਦੀ ਪ੍ਰਧਾਨਗੀ ਰਣਜੀਤ ਸਿੰਘ, ਮਿਸਲਾਂ ਵੇਲਿਆਂ ਦੀ ਰਣਜੀਤ ਸਿੰਘ ਦੀ, ਇਹਨਾਂ ਦੀ ਮਿਸਲਾਂ ਵਾਲਿਆਂ ਦੀ ਮੀਣੇ ਉੱਤੇ ਕੀਤੇ, ਅਜੇ ਤੱਕ ਮੀਣੇ ਉੱਤੇ ਹੀ ਨੇ। ਮੀਣਿਆਂ ਦਾ ਪ੍ਰਚਾਰ ਉੱਤੇ ਕਰਤਾ ਮਿਸਲਾਂ ਵਾਲਿਆਂ ਨੇ, ਹੁਣ ਥਈ ਉਹ ਪ੍ਰਚਾਰ ਉਹੀ ਹੈ, ਪਾਸਾ ਪਲਟ ਹੋਇਆ ਹੀ ਨਹੀਂ, ਹੁਣ ਪਲਟੂਗਾ ਪਾਸਾ। ਹੁਣ ਤਾਂ ਰੌਲਾ ਪੈ ਗਿਆ ਨਾ, ਸਿੱਖੀ ਕਿੱਥੇ ਗਈ? ਜਿਹਨੇ ਲੈਣੇ ਉਹ, ਜਿਹਨੂੰ ਲੋੜ ਹੈ ਸਿੱਖੀ ਲੈ ਲੂ, ਬਾਕੀ ਕਿਹੜਾ ਸਾਰੇ ਲੈਂਦੇ ਹੁੰਦੇ ਨੇ। ਜਿਹੜੇ ਜ਼ਿਆਦਾ ਰੌਲਾ ਪਾਉਂਦੇ ਨੇ ਸਿੱਖੀ ਗਈ, ਉਹਨਾਂ ਨੂੰ ਦੱਸਤੀ, ਹੁਣ ਦੇਖਦੇ ਹਾਂ ਵੀ ਉਹ ਸਿੱਖੀ ਗ੍ਰਹਿਣ ਕਰਦੇ ਨੇ ਤਾਂ ਰੌਲਾ ਹੀ ਹੈ, ਬੋਲਣ 'ਤੇ ਤਾਂ ਚੁੱਪ ਹੋ ਜਾਣਗੇ ਸਿੱਖੀ ਕਿੱਥੇ ਗਈ। ਸਿੱਖੀ ਦੀ ਤਲਵਾਰ ਕੱਢ ਕੇ ਬਾਹਰ ਰੱਖਦੀ ਆ ਉਦੋਂ ਸਰ ਜੀ ਨੇ ਦੇਣਾ, ਜਾਂ ਤਾਂ ਚੁੱਪ ਕਰਕੇ ਬਹਿ ਜਾਣਗੇ ਘਰ, ਜਾਂ ਫਿਰ ਸਿਰ ਦੇਣਗੇ ਆ ਕੇ। ਹਾਂਜੀ, ਅਨਕ ਉਪਾਵੀ ਰੋਗ ਨਾ ਜਾਏ, ਉਪਾਵ ਬਹੁਤ ਕਰ ਰਹੇ ਨੇ ਲੋਕ, ਧਰਮ ਦੇ ਕਰਮ ਬਹੁਤ ਕਰ ਰਹੇ ਨੇ, ਹੋਮੇ ਦਾ ਰੋਗ ਨਹੀਂ ਜਾ ਰਿਹਾ ਕਿਸੇ ਦਾ, ਉਪਾਵ ਬਹੁਤ ਕਰ ਰਹੇ ਨੇ, ਮੱਤਾਂ ਬਹੁਤ ਨੇ, ਸੰਤ ਬੜੇ ਉਪਾਅ ਦੱਸਦੇ ਨੇ, ਰੋਗ ਸੰਤਾਂ ਦਾ ਵੀ ਨਹੀਂ ਜਾ ਰਿਹਾ। ਕਿਉਂ? ਇਹ ਸੰਤ ਉਹ ਨੇ ਜਿਹੜੇ ਰੋਗ ਮੂਹਾ ਵੈਦ ਮੂਹਾ ਇਹਦਾ ਵੈਦ ਹੀ ਮਰਦੇ ਨੇ, ਵੈਦ ਰੋਗੀ ਬਾਅਦ ਚ ਮਰਦਾ, ਇਹ ਜਿਹੜੇ ਉਪਾਅ ਵਾਲੇ ਵੈਦ ਨੇ ਇਹ ਸਾਰੇ ਮਰਦੇ ਨੇ। ਜਾਂ ਵੈਦ ਹੀ ਮਰ ਗਿਆ ਤੇ ਉਹਦਾ ਵੈਦ ਦਾ ਇਲਾਜ ਕਰਨ ਨਾਲ ਤਾਂ ਆਪੇ ਮਰਦਾ ਹੀ ਮਰਦਾ। ਜਿਹੜੀ ਦਵਾ ਜਿਹੜੀ ਦਵਾਈ ਵੈਦ ਖਾਂਦਾ ਬਈ ਅਮਰ ਕਰ ਦੂੰਗਾ ਮੈਂ ਤੈਨੂੰ, ਜਾਂ ਉਹੀ ਮਰ ਗਿਆ ਉਹਦਾ ਰੋਗੀ ਕਿਵੇਂ ਬਚੂਗਾ? ਬੂਹਾ ਸਭ ਸੰਸਾਰ ਇਸ ਤਰੀਕੇ ਨਾਲ, ਸਾਰੇ ਹੀ ਸੰਸਾਰ ਮਰ ਗਿਆ। ਇਹ ਕਬੀਰਾ ਨਾਮ ਹੋਆ ਜਿਸ ਨਾਹੀ,
ਹਾਂ ਬਰਸੀਆਂ ਮਨਾਉਣ ਤੇ ਮਰਨਾ ਹੀ ਉਹ ਕਿਹੜਾ ਕਹਿੰਦੇ ਨੇ ਜੇ ਬਰਸੀ ਨਾ ਮਨਾਉਣ ਤਾਂ ਇਕੱਠ ਕੀ ਕਰਨ ਯਾਦ ਕੀ ਕਰਨ ਦੂਏ ਪਾਸੇ ਫਿਰ ਉਹਦਾ ਇੱਕ ਆਮਦਨ ਦਾ ਸਾਧਨ ਬਣਾਇਆ ਇਹਨਾਂ ਦਾ ਹਾਂ ਹਾਂਜੀ ਅਨੇਕ ਅਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਗਤ ਲਾਏ ਅਨੇਕੋ ਭਾਵੇਂ ਰੋਗ ਨਾ ਜਾਏ ਅਨੇਕਾ ਭਾਵ ਕਰ ਰਹੇ ਨੇ ਰੋਗ ਜਾ ਨਹੀਂ ਰਿਹਾ ਕਿਸੇ ਦਾ ਕਹੋ ਮੈਂ ਛੁੱਟ ਨਹੀਂ ਰਹੀ ਰੋਗ ਮਿਲੇ ਰੋਗ ਮਿਟੇ ਰੋਗ ਮਿਟੇ ਹਰ ਅਵਗਤ ਹਰ ਔਖਦ ਲਾਏ ਹਰ ਔਖਦ ਹੈ ਜਿਹੜੀ ਨਾ ਤਤ ਗਿਆਨ ਦੀ ਦਵਾਈ ਲਾਵੇ ਤਤ ਵਸਤੂ ਹਰ ਔਖਦ ਹਰੀ ਰੂਪੀ ਔਖਦ ਹਰ ਔਖਦ ਇਹ ਲਾਵੇ ਔਖਦ ਤਾਂ ਲਾਉਣੀ ਤੀ ਹਰ ਨੂੰ ਬਿਮਾਰੀ ਦਾ ਹਰ ਨੂੰ ਹੈ ਸਰੀਰ ਨੂੰ ਥੋੜੀ ਬਿਮਾਰੀ ਹੈ ਉਹਨੂੰ ਲਾਉਣੀ ਸੀ ਉਹਨੂੰ ਇਹ ਬਿਮਾਰੀ ਹੈ ਉਹਨੂੰ ਕੀ ਅਹੰਕਾਰ ਹਰ ਕੌਣ ਹੈ ਹਰੀ ਕ੍ਰਿਸ਼ਨ ਹੈ ਉਹਨੂੰ ਰੋਗ ਹੈ ਮੈਂ ਕਰਦਾ ਕ੍ਰਿਸ਼ਨ ਮੈਂ ਨਹੀਂ ਕਰਦਾ ਅਹੰਕਾਰੀ ਹੈ ਫਿਰ ਜਦ ਮੈਂ ਕਰਦਾ ਉਹੀ ਤਾਂ ਅਹੰਕਾਰੀ ਹਾਂ ਹੋ ਮੈਂ ਵਿੱਚੋਂ ਇਹੀ ਤਾਂ ਖੋਣੀ ਸੀ ਇਹੀ ਕਰਦਾ ਨੀ ਇਹ ਹਰੀ ਕ੍ਰਿਸ਼ਨ ਹੈ ਉਹ ਅਹੰਕਾਰੀ ਹੈ ਰੋਗ ਮਿਟੇ ਹਰੀ ਜੇ ਕ੍ਰਿਸ਼ਨ ਆਪ ਦਵਾਈ ਲਵੇ ਤਾਂ ਰੋਗ ਮਿਟੇ ਉਹ ਪਹਿਲਾਂ ਜਿਹੜਾ ਹੈ ਨਾ ਵੈਦ ਹੈ ਵੈਦ ਦਵਾਈ ਖਾਵੇ ਤਾਂ ਚੇਲਿਆਂ ਦਾ ਰੋਗ ਹਟੇ ਪਹਿਲਾਂ ਵੈਦ ਨੇ ਤਾਂ ਆਪਣਾ ਇਲਾਜ ਤਾਂ ਕੀਤਾ ਨੀ ਚੇਲਿਆਂ ਦਾ ਕਿਵੇਂ ਕਰਦੂ ਜਿਹੜੇ ਹਰ ਕੇ ਭਗਤ ਨੇ ਨਾ ਮੂਰਤੀ ਪੂਜਾ ਵਾਲੇ ਮੂਰਤੀ ਪੂਜਾ ਵਾਲਾ ਹਰ ਜਿਹੜਾ ਮੂਰਤੀ ਹੈ ਉਹ ਭਗਤਾਂ ਦੀ ਨਹੀਂ ਰੋਗ ਗਿਆ ਜਿਹੜੇ ਹਰ ਕੇ ਭਗਤ ਦੂਏ ਨੇ ਹਰ ਕੇ ਸੰਤ ਨੇ ਉਹਨਾਂ ਦਾ ਰੋਗ ਗਿਆ ਉਹਨਾਂ ਦਾ ਹਰ ਹਿਰਦੇ 'ਚ ਹੈ ਉਹਨਾਂ ਦਾ ਹਰ ਦੇਹਧਾਰੀ ਨਹੀਂ ਹੁੰਦਾ ਹਰ ਦੋ ਪ੍ਰਕਾਰ ਦਾ ਹੈ ਕਿਉਂਕਿ ਹਰ ਉਸ ਵੇਲੇ ਹਰ ਦਾ ਪ੍ਰਚਾਰ ਬਹੁਤ ਜ਼ਿਆਦਾ ਹੈ ਜਦੋਂ ਬਾਣੀ ਰਚੀ ਗਈ ਹੈ ਰਾਮਚੰਦਰ ਦਾ ਪ੍ਰਚਾਰ ਨਹੀਂ ਉਦੋਂ ਕ੍ਰਿਸ਼ਨ ਦਾ ਪ੍ਰਚਾਰ ਹੈ ਕਿਉਂਕਿ ਉਹ ਦੁਆਪਰ ਯੁੱਗ ਹੈ ਤ੍ਰੇਤਾ ਉਦੋਂ ਪਿੱਛੇ ਚਲਾ ਗਿਆ ਲਾਸਟ ਵਿੱਚ ਦੁਆਪਰ ਦੇ ਵਿੱਚ ਪ੍ਰਚਾਰ ਕ੍ਰਿਸ਼ਨ ਦਾ ਜ਼ਿਆਦਾ ਹੈ ਰਾਮਚੰਦਰ ਦਾ ਪਿੱਛੇ ਚਲਾ ਗਿਆ ਬਹੁਤ ਇੱਕ ਯੁੱਗ ਪਿੱਛੇ ਇਸ ਕਰਕੇ ਰਾਮਚੰਦਰ ਤੇ ਸੂਈ ਨਹੀਂ ਹੈ ਜ਼ਿਆਦਾ ਗੁਰਬਾਣੀ 'ਚ ਕ੍ਰਿਸ਼ਨ ਭਗਤੀ ਤੇ ਸੂਈ ਜ਼ਿਆਦਾ ਪ੍ਰਚਾਰ ਕ੍ਰਿਸ਼ਨ ਭਗਤੀ ਦਾ ਜ਼ਿਆਦਾ ਸੀ ਹਰ ਲਫ਼ਜ਼ ਕ੍ਰਿਸ਼ਨ ਵਾਸਤੇ ਆਇਆ ਰਾਮਚੰਦਰ ਵਾਸਤੇ ਨਹੀਂ ਆਇਆ ਹਾਂਜੀ ਸਰਬ ਨਿਧਾਨਮੈ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਸਰਬ ਨਿਧਾਨਮੈ ਹਰ ਨਾਮ ਨਿਧਾਨ ਸਾਰੇ ਖਜ਼ਾਨਿਆਂ ਦੇ ਵਿੱਚ ਜੋ ਹਰ ਨਾਮ ਹੈ ਹਰੀ ਨਾਮ ਹੈ ਜੋ ਉਹਦਾ ਜਿਹੜਾ ਖਜ਼ਾਨਾ ਸਾਰੇ ਖਜ਼ਾਨਿਆਂ ਚੋਂ ਹਰ ਨਾਮ ਨਿਧਾਨ ਹੀ ਸੱਚਾ ਖਜ਼ਾਨਾ ਬਾਕੀ ਖਜ਼ਾਨੇ ਸਭ ਝੂਠੇ ਨੇ ਬਾਕੀ ਗਿਆਨ ਦੇ ਖਜ਼ਾਨੇ ਹੈ ਸਿਮਰਤ ਸ਼ਾਸਤਰਾਂ ਚ ਵੀ ਗਿਆਨ ਹੈ ਗਿਆਨ ਅਸੀਂ ਬਾਹਰ ਲੈਣਾ ਇੱਥੇ ਮਾਇਆ ਦੇ ਨਿਧਾਨ ਦੀ ਗੱਲ ਵੈਸੇ ਨਹੀਂ ਕਰ ਸਕਦੇ ਅਸੀਂ ਮਾਇਆ ਦੇ ਜਿਹੜੇ ਹੋਰ ਗ੍ਰੰਥ ਨੇ ਜਿਵੇਂ ਬਾਈਬਲ ਹੈ ਕੁਰਾਨ ਹੈ ਉਹ ਚ ਵੀ ਗਿਆਨ ਦਾ ਨਿਧਾਨ ਹੈ ਸਾਡੇ ਕੋਲ ਗੁਰੂ ਗ੍ਰੰਥ ਦੇ ਹਰ ਨਾਮ ਨਿਧਾਨ ਹੈ ਜਿਹੜਾ ਸਾਡੇ ਕੋਲ ਖਜ਼ਾਨਾ ਗਿਆਨ ਦਾ ਜਿਹੜੇ ਹੋਰ ਖਜ਼ਾਨੇ ਨੇ ਗਿਆਨ ਦੇ ਦੂਜਿਆਂ ਮੱਤਾਂ ਦੇ ਇਹ ਉਹਨਾਂ ਚੋਂ ਸ੍ਰੇਸ਼ਟ ਹੈ ਇੱਥੇ ਆਹੀ ਗੱਲ ਕਹਿਣੀ ਕਿਉਂਕਿ ਧਰਮਾਂ ਦੇ ਜਿਹੜਾ ਖਜ਼ਾਨਾ ਉਹਦਾ ਧਰਮਾਂ ਨਾਲ ਕੰਪੀਟੀਸ਼ਨ ਕਰਾਂਗੇ ਸੰਸਾਰੀ ਧਰਮ ਉਹਦਾ ਕੰਪੀਟੀਸ਼ਨ ਨਹੀਂ ਹੋ ਸਕਦਾ ਜਿਹੜੇ ਬਾਕੀ ਮੱਤਾਂ ਨੇ ਗੁਰਮਤ ਦਾ ਕੰਪੀਟੀਸ਼ਨ ਉਹ ਮੱਤਾਂ ਨਾਲ ਹੈ ਉਹ ਮੱਤਾਂ ਦੂਜਿਆਂ ਕੋਲ ਵੀ ਗਿਆਨ ਹੈ ਸਾਡੇ ਕੋਲ ਵੀ ਗਿਆਨ ਹੈ ਸ੍ਰੇਸ਼ਟ ਗਿਆਨ ਕਿਹਦੇ ਕੋਲ ਹੈ ਇਹਨਾਂ ਦਾ ਆਪਸ ਵਿੱਚੋਂ ਹੀ ਮੁਕਾਬਲਾ ਹੋ ਸਕਦਾ ਹੋਰ ਬਾਕੀ ਸੰਸਾਰੀ ਧਰਮ ਇਹਦਾ ਕੀ ਮੁਕਾਬਲਾ ਹੋ ਜਾਵੇ ਹਾਂਜੀ ਸਰਬ ਨਿਧਾਨਮੈ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਹਰ ਨਾਮ ਨਿਧਾਨ ਸਾਰੇ ਨਿਧਾਨਾਂ ਦੇ ਵਿੱਚੋਂ ਸ੍ਰੇਸ਼ਟ ਹੈ ਜਪ ਨਾਨਕ ਦਰਗਹਿ ਪਰਵਾਨ ਨਾਨਕ ਕਹਿੰਦਾ ਜੇ ਜਪ ਲਿਆ ਜਾਵੇ ਗੁਰਬਾਣੀ ਨੂੰ ਸਮਝ ਲਿਆ ਜਾਵੇ ਗੁਰਬਾਣੀ ਦਾ ਜਿਹੜਾ ਗਿਆਨ ਹੈ ਇਹਨੂੰ ਸਮਝ ਲਿਆ ਜਾਵੇ ਇਹ ਦਰਗਾਹ 'ਚ ਗਿਆਨ ਪ੍ਰਵਾਨ ਹੈ ਬਾਕੀ ਗ੍ਰੰਥਾਂ ਦੇ ਬਾਕੀ ਜਿੰਨੀਆਂ ਮਤਾਂ ਦੇ ਗਿਆਨ ਨੇ ਦਰਗਾਹ 'ਚ ਪ੍ਰਵਾਨ ਇਹ ਗੱਲ ਉਹ ਦੂਆ ਤਾਂ ਦਰਗਾਹ ਦੇ ਵਿੱਚ ਲੈ ਕੇ ਨਹੀਂ ਜਾਣਾ ਪ੍ਰਵਾਨ ਕਿਵੇਂ ਹੋਜੂ ਆ ਦੂਆ ਸੰਸਾਰੀ ਤਾਂ ਇੱਕ ਸਰ ਕੇ ਨਾਮ ਬਿਨ ਅੱਗੇ ਲਈਏ ਖੋਏ
ਜਿਹੜੇ ਹੋਰ ਵੀ ਗਿਆਨ ਨੇ ਸਿਮਰਤ ਸ਼ਾਸਤਰ ਦੇ ਗਿਆਨ ਨੇ ਉਹ ਦਰਗਾਹ 'ਚ ਪ੍ਰਵਾਨ ਨਹੀਂ ਹੈਗੇ ਕਹਿੰਦੇ ਉਹ ਵੀ ਬਾਰਡਰ ਦੇ ਉਰੇ ਕਹਿੰਦੇ ਨੇ ਸਭੇ ਬੁੱਧੀ ਚਾਲੀ ਹੈ ਨਾ ਫਿਕਰ ਹੈ ਤੱਤ ਗਿਆਨ ਉਹ ਤਾਂ ਦੂਏ ਜਨਮ 'ਚ ਨਹੀਂ ਜਾਂਦਾ